ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਚਲੰਤ ਮਸਲੇ ਤੁਹਾਡਾ ਸਵਾਗਤ ਹੈ ਮੈਂ ਮਦਨਦੀਪ ਗੱਲ ਕਰਾਂਗੇ ਅਸੀਂ ਸਿਟੀਜ਼ਨਸ਼ਿਪ ਬਿੱਲ ਦੀ ਰਾਜ ਸਭਾ 'ਚ ਉਡੀਕ ਸੀ ਅਤੇ ਦੇਰ ਰਾਤ ਰਾਜ ਸਭਾ 'ਚ ਵੀ ਇਹ ਕਾਨੂੰਨ ਪਾਸ ਹੋ ਗਿਆ ਜਿਹੜਾ ਸੋਧਿਆ ਹੋਇਆ ਹੈ ਔਰ ਜਿਹੜਾ ਦੇਸ਼ ਦਾ ਨੌਰਥ ਈਸਟ ਇਲਾਕਾ ਹੈ ਆਸਾਮ ਖਾਸ ਕਰਕੇ ਅਸੀਂ ਕਹੀਏ ਉਹ ਸੜ ਰਿਹਾ ਸੜਕਾਂ 'ਤੇ ਲਾਂਭੂ ਪੁਲਿਸ ਦੀਆਂ ਗੱਡੀਆਂ ਨੂੰ ਲਾਂਭੂ ਇੰਨਾ ਵਿਰੋਧ ਅਤੇ ਇੰਨਾ ਰੋਸ ਜੇ ਇੰਨਾ ਰੋਸ ਹੋਰ ਕਿਤੇ ਹੋ ਜਾਏ ਤਾਂ ਦੇਸ਼ ਨੂੰ ਬਚਾਉਣਾ ਔਖਾ ਆ ਮੈਂ ਵੀ ਸੁਣ ਰਿਹਾ ਸੀ ਵੱਖ ਵੱਖ ਨੈਸ਼ਨਲ ਟੈਲੀਵਿਜ਼ਨਾਂ ਦੇ ਉੱਪਰ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਕਹਿ ਰਹੇ ਸੀ ਕਿ ਇਹ ਇੱਕ ਵਿਚਾਰਧਾਰਾ ਦੇ ਕੁਝ ਲੋਕ ਹੈਗੇ ਆ ਜਿਹੜੇ ਇਸ ਤਰ੍ਹਾਂ ਦਾ ਮਾਹੌਲ ਤਿਆਰ ਕਰ ਰਹੇ ਜਾਂ ਇਸ ਤਰ੍ਹਾਂ ਦਾ ਮਾਹੌਲ ਬਣਾਉਂਦੇ ਆ ਬਾਕੀ ਸਭ ਖੁਸ਼ ਨੇ ਪਰ ਦੂਜੇ ਪਾਸੇ ਕੁਝ ਮੁਸਲਿਮ ਜਥੇਬੰਦੀਆਂ ਚੁਣੌਤੀ ਦੇ ਰਹੀਆਂ ਇਸ ਨਵੇਂ ਸੋਧੇ ਹੋਏ ਕਾਨੂੰਨ ਨੂੰ ਮੁਸਲਿਮ ਭਾਈਚਾਰਾ ਨਾਰਾਜ਼ ਹੈ ਦੋਸ਼ ਇਹ ਹੈ ਕਿ ਉਹਨਾਂ ਨੂੰ ਜਾਣ ਬੁੱਝ ਕੇ ਇਸ ਸੋਧੇ ਹੋਏ ਕਾਨੂੰਨ ਤੋਂ ਬਾਹਰ ਰੱਖਿਆ ਗਿਆ ਯਾਨੀ ਇਹ ਕਿਹਾ ਜਾ ਰਿਹਾ ਕਿ ਸਾਨੂੰ ਦੇਸ਼ ਦਾ ਹਿੱਸਾ ਨਹੀਂ ਸਮਝਿਆ ਜਾ ਰਿਹਾ ਇਹਦਾ ਫਾਇਦਾ ਕੀ ਹੈ ਇਹਦੇ ਨੁਕਸਾਨ ਕੀ ਹੈ ਅਸੀਂ ਲਗਾਤਾਰ ਇਹਦੇ 'ਤੇ ਚਰਚਾ ਕਰ ਰਹੇ ਹਾਂ ਜਿਸ ਦਿਨ ਦਾ ਇਹਦੇ 'ਤੇ ਇਹਨੂੰ ਲੋਕ ਸਭਾ 'ਚ ਲਿਆਂਦਾ ਗਿਆ ਇਸ ਬਿੱਲ ਨੂੰ ਔਰ ਅਸੀਂ ਲਗਾਤਾਰ ਇਹਦੇ 'ਤੇ ਚਰਚਾ ਕਰ ਰਹੇ ਹਾਂ ਕਿਉਂਕਿ ਚਰਚਾ ਕਰਨੀ ਇਸ ਕਰਕੇ ਬਣਦੀ ਇੱਕ ਵਾਰ ਫਿਰ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਹਾਂ ਕਿ ਅਮਿਤ ਸ਼ਾਹ ਨੇ ਜਦੋਂ ਲੋਕ ਸਭਾ ਵਿੱਚ ਇਸ ਕਾਨੂੰਨ ਦੇ ਉੱਪਰ ਗੱਲਬਾਤ ਕੀਤੀ ਸੀ ਜਿਹੜੇ ਸਵਾਲ ਉੱਠੇ ਸੀ ਉਹਨਾਂ ਦਾ ਜਵਾਬ ਦਿੱਤਾ ਸੀ ਤਾਂ ਉਹਨਾਂ ਦੇ ਵਿੱਚ ਇੱਕ ਇਹ ਗੱਲ ਵੀ ਕਹੀ ਸੀ ਕਿ ਅਸੀਂ ਲਾਲ ਕ੍ਰਿਸ਼ਨ ਅਡਵਾਨੀ ਅਸੀਂ ਨਹੀਂ ਮਤਲਬ ਦੇਸ਼ ਨੇ ਲਾਲ ਕ੍ਰਿਸ਼ਨ ਅਡਵਾਨੀ ਅਤੇ ਡਾਕਟਰ ਮਨਮੋਹਨ ਸਿੰਘ ਨੂੰ ਵੀ ਅਪਣਾਇਆ ਹੈ ਇਹ 1947 ਵੇਲੇ ਜਦੋਂ ਦੇਸ਼ ਦੀ ਵੰਡ ਹੋਈ ਸੀ ਉਦੋਂ ਇੱਕ ਪਾਸੇ ਉੱਠ ਕੇ ਜਿਹੜੇ ਦੂਜੇ ਪਾਸੇ ਆ ਕੇ ਵਸੇ ਸੀ ਉਹਨਾਂ ਨੂੰ ਇਹ ਕਿਹਾ ਗਿਆ ਕਿ ਉਹਨਾਂ ਨੂੰ ਅਸੀਂ ਅਪਣਾਇਆ ਅਤੇ ਰਾਤ ਰਾਜ ਸਭਾ ਦੇ ਵਿੱਚ ਬੋਲਦਿਆਂ ਅਮਿਤ ਸ਼ਾਹ ਨੇ ਫਿਰ ਇਹ ਗੱਲ ਦੁਹਰਾਈ ਕਿ ਇਸ ਦੇਸ਼ ਨੇ ਕਰੋੜਾਂ ਜਿਹੜੇ ਦੂਜੀ ਧਰਤੀ ਤੋਂ ਉੱਜੜ ਕੇ ਆਏ ਸੀ ਉਹਨਾਂ ਨੂੰ ਅਪਣਾਇਆ ਮੇਰੀ ਸਮੇਂ ਤੋਂ ਬਾਹਰ ਇਹ ਗੱਲਾਂ ਇਹ ਇਸ਼ਾਰੇ ਕਿੱਧਰ ਹਨ ਕਿਹੜੀ ਸਦੀ 'ਚ ਅਸੀਂ ਫਿਰਦੇ ਹਾਂ ਗੱਲ ਕਰਨੀ ਇਸ ਕਰਕੇ ਬਣਦੀ ਹੈ ਜਦੋਂ ਤੁਸੀਂ ਸਿੱਧੇ ਤੌਰ 'ਤੇ ਇੱਕ ਕਾਨੂੰਨ ਬਣਾਉਂਦੇ ਹੋ ਪਾਰਲੀਮੈਂਟ ਦੇ ਵਿੱਚ ਔਰ ਉਸ ਕਾਨੂੰਨ ਦੇ ਵਿੱਚ ਤੁਸੀਂ ਸਾਫ਼ ਕਰ ਦਿੰਦੇ ਹੋ ਕਿ ਇਹ ਲੋਕ ਜਿਹੜੇ ਹੈਗੇ ਆ ਉਹ ਇਸ ਦੇਸ਼ ਦੀ ਨਾਗਰਿਕਤਾ ਲੈ ਸਕਦੇ ਆ ਅਤੇ ਆਹ ਲੋਕ ਨਹੀਂ ਲੈ ਸਕਦੇ ਯਾਨੀ ਧਰਮ ਦੇ ਆਧਾਰ ਤੁਸੀਂ ਰਾਸ਼ਟਰ ਦੀ ਨੀਂਹ ਰੱਖ ਦਿੱਤੀ ਹੈ ਧਰਮ ਦੇ ਆਧਾਰ 'ਤੇ ਤੁਸੀਂ ਇਸ ਰਾਸ਼ਟਰ ਦੇ ਵਸਨੀਕ ਬਣ ਸਕਦੇ ਹੋ ਸਿਰਫ ਧਰਮ ਦੇ ਆਧਾਰ 'ਤੇ ਔਰ ਧਰਮ ਤੁਹਾਡਾ ਮੁਸਲਿਮ ਨਹੀਂ ਹੋਣਾ ਚਾਹੀਦਾ ਸ਼ਰਤ ਇਹ ਹੈ ਸੋ ਇਹ ਸਾਰੇ ਮੁੱਦਿਆਂ ਦੇ ਉੱਪਰ ਅਸੀਂ ਗੱਲ ਕਰਾਂਗੇ ਔਰ ਇਸ ਗੱਲਬਾਤ ਲਈ ਜੋ ਮੇਰੇ ਨਾਲ ਮੇਰੇ ਮਹਿਮਾਨ ਦੋਸਤ ਆਇਆ ਸਭ ਤੋਂ ਪਹਿਲਾਂ ਮੈਂ ਤੁਆਰਫ ਕਰਾਉਣਾ ਜਗਮੋਹਨ ਸਿੰਘ ਭੱਟੀ ਸੀਨੀਅਰ ਐਡਵੋਕੇਟ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਫੈਸਰ ਮਨਜੀਤ ਸਿੰਘ ਰਾਜਨੀਤਿਕ ਸ਼ਾਸਤਰੀ ਨੇ ਔਰ ਇੱਕ ਸਮਾਜ ਸ਼ਾਸਤਰੀ ਵੀ ਨੇ ਅਸੀਂ ਵੱਖ ਵੱਖ ਮੁੱਦਿਆਂ ਤੋਂ ਅਕਸਰ ਇਹਨਾਂ ਨੂੰ ਬੁਲਾਉਂਦੇ ਤੁਹਾਡਾ ਸਵਾਗਤ ਹੈ ਜੀ ਪਰ ਸਾਹਿਬ ਔਰ ਗੁਰਪ੍ਰੀਤ ਸਿੰਘ ਢਿੱਲੋਂ ਭਾਰਤੀ ਜਨਤਾ ਪਾਰਟੀ ਨੂੰ ਰਿਪ੍ਰਜੈਂਟ ਕਰਦੇ ਆ ਉਹਨਾਂ ਦੇ ਬੁਲਾਰੇ ਨੇ ਤੁਹਾਡਾ ਵੀ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਮੈਂ ਪ੍ਰੈਸ ਸਾਹਿਬ ਤੁਹਾਡੇ ਤੋਂ ਗੱਲ ਸ਼ੁਰੂ ਕਰੂੰਗਾ ਜਿਹੜਾ ਰਾਜ ਸਭਾ ਦੇ ਵਿੱਚ ਤੁਸੀਂ ਅਮਿਤ ਸ਼ਾਹ ਦਾ ਭਾਸ਼ਣ ਸੁਣਿਆ ਹੋਣਾ ਹੈ ਮੈਂ ਵੀ ਤੁਹਾਨੂੰ ਇਹ ਗੱਲ ਜਾਣਕਾਰੀ ਦਿੱਤੀ ਹੈ ਆਪਣੇ ਓਪਨਿੰਗ ਦੇ ਵਿੱਚ ਕਿ ਉਹਨਾਂ ਨੇ ਕੀ ਕੁਝ ਕਿਹਾ ਆ ਜਿਹੜਾ ਦੇਸ਼ ਇਸ ਗੱਲ 'ਤੇ ਦਾਅਵਾ ਕਰਦਾ ਸੀ ਕਿ ਅਸੀਂ ਸਾਡਾ ਦੇਸ਼ ਜਿਹੜਾ ਹੈਗਾ ਇਹ ਜਮਹੂਰੀ ਦੇਸ਼ ਹੈ ਵੱਖ ਵੱਖ ਧਰਮਾਂ ਵੱਖ ਵੱਖ ਭਾਸ਼ਾਵਾਂ ਦਾ ਦੇਸ਼ ਹੈ ਔਰ ਦੁਨੀਆ ਦਾ ਸਭ ਤੋਂ ਵੱਡਾ ਰੰਗਲਾ ਅਤੇ ਖੁਸ਼ਹਾਲ ਦੇਸ਼ ਹੈ ਸੱਭਿਆਚਾਰ ਦੇ ਪੱਖੋਂ ਇਸ ਕਾਨੂੰਨ ਤੋਂ ਬਾਅਦ ਇਹ ਦਾਅਵਾ ਸਾਡਾ ਰਹਿ ਜਾਂਦਾ ਹੈ ਬਾਕੀ ਦੇਖੋ ਪਹਿਲੀ ਤਾਂ ਗੱਲ ਇਹ ਹੈ ਕਿ ਸਾਡਾ ਜਿਹੜਾ ਦੇਸ਼ ਆ ਉਹ ਉਸ ਕਿਸਮ ਦਾ ਦੇਸ਼ ਨਹੀਂ ਜਿਵੇਂ ਯੂਰਪ 'ਚ ਆ ਜਾਂ ਹੋਰ ਕਿਸੇ ਦੇ ਦੇਸ਼ ਆ ਇਨਕਲੂਡਿੰਗ ਈਵਨ ਚੀਨ ਵੀ ਚੀਨ ਦੇ ਵਿੱਚ ਵੀ ਇੱਕੋ ਹੀ ਕਿਸਮ ਦੇ ਜ਼ਿਆਦਾ ਲੋਕ ਹੈਗੇ ਆ ਅਤੇ ਉਸ ਨੂੰ ਜੋੜਨਾ ਸੌਖਾ ਹੈਗਾ ਸਾਡੇ 'ਤੇ ਲਗਾਤਾਰ ਬਹੁਤ ਹੀ ਧਰਮ ਵੀ ਆਏ ਵਿੱਚੋਂ ਹੀ ਪੈਦਾ ਹੋਏ ਅਸੀਂ ਦੁਨੀਆ ਨੂੰ ਇੱਥੋਂ ਧਰਮ ਦਿੱਤੇ ਬੁੱਧਿਜ਼ਮ ਦਿੱਤਾ ਜੈਨਿਜ਼ਮ ਸਾਡੇ ਕੋਲ ਹੈਗਾ ਸਿੱਖਇਜ਼ਮ ਦਿੱਤਾ ਦੁਨੀਆ ਨੂੰ ਅਸੀਂ ਇਸ ਤਰ੍ਹਾਂ ਬਹੁਤ ਸਾਰੇ ਇੱਥੇ
ਧਰਮ ਆਏ ਦਿੱਤੇ ਔਰ ਬਹੁਤ ਸਾਰੇ ਲੋਕ ਬਾਹਰੋਂ ਲਗਾਤਾਰ ਇੱਥੇ ਆ ਕੇ ਵਸੇ ਇੱਥੇ ਮੰਗੋਲ ਟਰਕ ਕਿੰਨੇ ਉਦੋਂ ਪਹਿਲਾਂ ਆਰੀਅਨਸ ਹੈ ਨਾ ਅਤੇ ਜਿਹੜੇ ਅੱਜ ਸਭ ਤੋਂ ਤਿੱਖੀ ਭਾਸ਼ਾ ਹਿੰਦੂ ਰਾਸ਼ਟਰ ਦੀ ਬੋਲ ਰਹੇ ਆ ਉਹ ਆਪਣੇ ਆਪ ਨੂੰ ਨਾਲੋਂ ਨਾਲ ਆਰੀਅਨਸ ਵੀ ਕਲੇਮ ਕਰਦੇ ਹੈਗੇ ਆ ਅਤੇ ਇਹ ਇਹਦੇ ਪੋਸੀਬਲ ਕਿਵੇਂ ਹੋਇਆ ਇਹ ਪੋਸੀਬਲ ਤਾਂ ਹੀ ਹੋਇਆ ਕਿ ਸਾਡੀ ਇੱਕ ਫਲਸਫਾ ਕਹਿ ਲਓ ਜਾਂ ਸਾਡੇ ਸੱਭਿਆਚਾਰ ਸਾਡੇ ਲੋਕਾਂ ਦੀ ਜ਼ਿਹਨੀਅਤ ਦੇ ਵਿੱਚ ਖੂਨ ਦੇ ਵਿੱਚ ਇਹ ਹੈ ਕਿ ਸਰਬ ਸਾਂਝੀ ਵਾਲਤਾ ਕਿ ਇੱਕ ਜਿਹਨੂੰ ਮਜ਼ੈਕ ਕਲਚਰ ਕਹਿੰਦੇ ਆ ਕਿ ਅਸੀਂ ਸੁੰਦਰ ਲੱਗਦਾ ਹੈ ਮਜ਼ੈਕ ਜਿਹੜਾ ਹੈ ਜਿੱਦਾਂ ਗੁਲਦਸਤਾ ਕਹਿ ਲਓ ਤੁਸੀਂ ਸੱਭਿਆਚਾਰਾਂ ਦਾ ਭਾਸ਼ਾਵਾਂ ਦਾ ਇਤਿਹਾਸਾਂ ਦਾ ਧਰਮਾਂ ਦਾ ਇੱਕ ਗੁਲਦਸਤਾ ਆ ਜਿਹਦੇ ਵਿੱਚ ਜਿੰਨੇ ਹੀ ਫੁੱਲ ਹੋਰ ਜ਼ਿਆਦਾ ਲੱਗ ਜਾਣ ਓਨੇ ਹੀ ਜ਼ਿਆਦਾ ਉਹਦੇ ਰੰਗ ਖਿਲਰਦੇ ਆ ਓਨੇ ਹੀ ਜ਼ਿਆਦਾ ਉਹ ਸੋਹਣਾ ਲੱਗਦਾ ਓਨੀ ਉਹਦੀ ਮਤਲਬ ਵੈਲਿਊ ਵੀ ਦੁਨੀਆ ਦੇ ਵਿੱਚ ਵੱਧਦੀ ਹੈ ਇਹੀ ਕਾਰਨ ਆ ਕਿ ਇਹ ਦੇਸ਼ ਜਿਹੜਾ ਇੰਨਾ ਸਾਰੀਆਂ ਡਾਈਵਰਸਿਟੀ ਹੋਣ ਦੇ ਬਾਵਜੂਦ ਇੱਕ ਦੂਜੇ ਨਾਲ ਉਸ ਕਿਸਮ ਦੇ ਲੜਿਆ ਭਿੜਿਆ ਨਹੀਂ ਅੰਗਰੇਜ਼ਾਂ ਨੇ ਆ ਕੇ ਬਾਹਰੋਂ ਸਾਨੂੰ ਜ਼ਰੂਰ ਲੜਾਇਆ ਸੈਂਸਿਸ ਕੀਤਾ ਸਾਨੂੰ ਜਾਤਾਂ ਬਾਰੇ ਦੱਸਿਆ ਜਾਤਾਂ ਸੀਗੀਆਂ ਪਰ ਜਿਸ ਰੂਪ 'ਚ ਉਹਨਾਂ ਨੇ ਕੀਤੀਆਂ ਉਹਨਾਂ ਨੇ ਹੋਰ ਇਹਨੂੰ ਤਿੱਖਾ ਕੀਤਾ ਇਸੇ ਤਰੀਕਾ ਧਰਮਾਂ ਦੇ ਸੈਂਸਸ ਕਰਵਾਏ ਅਤੇ ਧਰਮਾਂ ਦੇ ਨਾਲ ਸਾਨੂੰ ਆਪਣੇ ਬਾਰੇ ਚੇਤਨ ਕੀਤਾ ਕਿ ਤੂੰ ਤੁਹਾਡਾ ਫਲਾਨਾ ਧਰਮ ਆ ਤੁਹਾਡਾ ਅਤੇ ਜਾਣ ਤੋਂ ਪਹਿਲਾਂ ਉਹ ਕਰਤੂਤਾਂ ਕਰ ਗਏ ਕਿ ਦੇਸ਼ ਨੂੰ ਵੰਡ ਕੇ ਗਏ ਹੁਣ ਉਹ ਚੀਜ਼ਾਂ 'ਤੇ ਅਸੀਂ ਭੁਗਤ ਲਈਆਂ ਜੀ ਜਿੰਨੀਆਂ ਭੁਗਤਣੀਆਂ ਸੀ ਔਰ ਜੋ ਸਾਡਾ ਸੱਭਿਆਚਾਰ ਹੈ ਉਹਦੇ 'ਤੇ ਅੱਜ ਵੀ ਅਸੀਂ ਮਾਣ ਕਹਿੰਦੇ ਹਾਂ ਅਸੀਂ ਉੱਧਰ ਇਸਲਾਮਿਕ ਸਟੇਟ ਜ਼ਰੂਰ ਬਣੀ ਹੈ ਪਾਕਿਸਤਾਨ ਦੇ ਵਿੱਚ ਔਰ ਉਹ ਚਲਾ ਨਹੀਂ ਸਕੇ ਦੋ ਸੀਗੇ ਬੰਗਲਾਦੇਸ਼ੀ ਇਸ ਪਾਕਿਸਤਾਨ ਸੀ ਉਹਨਾਂ ਕੋਲ ਜਲਾ ਗਿਆ ਕਿਉਂਕਿ ਉਹ ਉਸ ਨੂੰ ਧਰਮ ਦੇ ਨਾਂ 'ਤੇ ਇਕੱਠਾ ਨਹੀਂ ਰੱਖ ਸਕੇ ਇਸ ਨੂੰ ਜ਼ਰਾ ਧਿਆਨ ਨਾਲ ਸੁਣਨ ਵਾਲੀ ਗੱਲ ਹੈਗੀ ਉਹ ਸੱਭਿਆਚਾਰਾਂ ਦੇ ਨਾਂ 'ਤੇ ਅਖੀਰ 'ਚ ਅਲੱਗ ਹੋ ਗਏ ਇੱਕ ਬੰਗਾਲੀ ਬਣ ਗਏ ਬੰਗਾਲ ਬੰਗਾਲੀ ਭਾਸ਼ਾ ਧਰਮ ਦੇ ਉੱਤੇ ਹਾਵੀ ਹੋ ਕੇ ਉਹਨਾਂ ਨੇ ਇਸਲਾਮ ਨੂੰ ਇੱਕ ਪਾਸੇ ਰੱਖ ਕੇ ਬੰਗਲਾਦੇਸ਼ ਬਣਾਇਆ ਹਾਲਾਂਕਿ ਉਹਦੇ 'ਚ ਭਾਰਤ ਦਾ ਵੀ ਇੱਕ ਆਪਣੀ ਰਾਜਨੀਤਿਕ ਤੁਸੀਂ ਕਹਿ ਲਓ ਸਟਰੈਟਜੀ ਸੀ ਰੋਲ ਸੀਗਾ ਇਸੇ ਤਰੀਕੇ ਦੇ ਨਾਲ ਹੁਣ ਅਸੀਂ ਤਾਂ ਜਦੋਂ ਅਲੱਗ ਆਜ਼ਾਦ ਹੋ ਗਏ ਹਾਂ ਅਸੀਂ ਇੱਕ ਸੈਕੂਲਰ ਧਰਮ ਸਭ ਜਿਹੜਾ ਸੱਭੇ ਸਾਂਝੀ ਵਾਲਤਾ ਵਾਲਾ ਜਾਂ ਜਿਹੜਾ ਵਾਸੂਦੇਵ ਕੁਟੰਬਕਮ ਵਾਲੀ ਜਿਹੜੀ ਗੱਲ ਹੈਗੀ ਆ ਕਿ ਸਾਰੀ ਦੁਨੀਆ ਜਿਹੜੀ ਉਹ ਇੱਕ ਟ੍ਰਾਈਬ ਹੈਗਾ ਇੱਕ ਕੁਟੰਬ ਹੈਗਾ ਆ ਅਤੇ ਉਹ ਵਾਸੂਦੇਵ ਦਾ ਹੈਗਾ ਰੱਬ ਦਾ ਇੱਕੋ ਰੱਬ ਦਾ ਬਣਾਇਆ ਹੋਇਆ ਉਹਦੇ ਅਸੀਂ ਸਾਰੇ ਥੱਲੇ ਪੂਜਨ ਮਤਲਬ ਜਿਹੜੇ ਪੈਰੋਕਾਰ ਹੈਗੇ ਅਤੇ ਜੇ ਇਹ ਚੀਜ਼ਾਂ ਇਸ ਫਲਸਫੇ ਨੂੰ ਅਸੀਂ ਲੈ ਕੇ ਚੱਲੇ ਅੱਜ ਤੱਕ ਵੈਦਿਕ ਪੀਰੀਅਡ ਤੋਂ ਹੁਣ ਤੱਕ ਤਾਂ ਉਹਦੇ 'ਚ ਸਹਿਣਸ਼ੀਲਤਾ ਸਭ ਕੁਛ ਨੂੰ ਇਨਕਲੂਸਿਵ ਕਲਚਰ ਹੈਗਾ ਇਹ ਨਹੀਂ ਕਿ ਫਲਾਨੇ ਨੂੰ ਬਾਹਰ ਕੱਢ ਦਿਓ ਅਤੇ ਇਹਨੂੰ ਅੰਦਰ ਰੱਖ ਦਿਓ ਪਰ ਆਪਾਂ 70-72 ਸਾਲ ਇੱਕੋ ਹੀ ਇਸ ਸੈਕੂਲਰ ਦਾ ਵੀ ਸਾਡੀ ਡੈਫੀਨੇਸ਼ਨ ਵੈਸਟ ਵਾਲੀ ਨਹੀਂ ਹੈ ਸਾਡੀ ਇਹ ਸਾਰਿਆਂ ਨੂੰ ਇਕੱਠੇ ਰੱਖ ਕੇ ਨਾਲ ਚੱਲਣਾ ਬਿਨਾਂ ਫਰਿਕਸ਼ਨ ਤੋਂ ਬਿਨਾਂ ਨਫ਼ਰਤ ਤੋਂ ਬਿਨਾਂ ਕਿਸੇ ਕਿਸਮ ਦੀ ਭੜਕਾਟ ਤੋਂ ਇੱਕ ਦੂਜੇ ਨੂੰ ਕਹਿਣਾ ਕਿ ਰਿਸਪੈਕਟ ਦੇਣੀ ਦੂਜੇ ਦੀ ਚੀਜ਼ ਦੀ ਓਨੀ ਰਿਸਪੈਕਟ ਕਰਨੀ ਜਿੰਨੀ ਆਪਣੀ ਕਰਦੇ ਇਹ ਸਾਡੀ ਸੈਕੂਲਰ ਮਤਲਬ ਰਿਸਪੈਕਟ ਫੋਰ ਆਲ ਰਿਲੀਜੀਅਨ ਸਾਰੇ ਧਰਮਾਂ ਦਾ ਇਕੁਅਲ ਰਿਸਪੈਕਟ ਕਰਨਾ ਜਿਹੜਾ ਉਹ ਸਾਡਾ ਜਿਹੜਾ ਸੈਕੂਲਰ ਦੀ ਡੈਫੀਨੇਸ਼ਨ ਆ ਇਹ ਨਹੀਂ ਕਿ ਸੈਕੂਲਰ ਦਾ ਮਤਲਬ ਆ ਕਿ ਕੁਝ ਐਥੀਸਟ ਹੈਗੇ ਆ ਉਹ ਸੈਕੂਲਰ ਹੋ ਗਏ ਅਤੇ ਜਿਹੜੇ ਧਰਮ ਵਾਲੇ ਬੰਦੇ ਉਹ ਧਰਮਾਂ 'ਚ ਹੋ ਗਏ ਇਹ ਡੈਫੀਨੇਸ਼ਨ ਨਹੀਂ ਹੈਗੀ ਇਕੁਅਲ ਡਿਸਟੈਂਸ ਫਰਾਮ ਰਿਲੀਜਨ ਨਹੀਂ ਹੈਗਾ ਸਹਿਣਸ਼ੀਲਤਾ ਅਤੇ ਉਹਦੇ ਕਰਕੇ ਜਿਹੜੀ ਉਹ ਡੈਫੀਨੇਸ਼ਨ ਸੀ ਉਹ ਅਸੀਂ ਸਾਰੇ ਵੱਜੇ ਰਹੇ ਕਿਸੇ ਨੇ ਨਹੀਂ ਸੋਚਿਆ ਸਾਰੇ ਚੱਲਦੇ ਰਹੇ ਪਰ ਕਿਤੇ ਕਿਤੇ ਜਿੱਥੇ ਮੂਵਮੈਂਟਾਂ ਉੱਠੀਆਂ ਉਹ ਜਿਹੜੀਆਂ ਆਪਣੇ ਆਪ ਹੀ ਲੋਕਾਂ ਨੇ ਉਹਨੂੰ ਕਰ ਵੀ ਦਿੱਤਾ ਸਾਡੇ ਇੱਥੇ ਧਰਮ ਦੇ ਨਾਂ 'ਤੇ ਖਾਲਿਸਤਾਨ ਦੀ ਮੂਵਮੈਂਟ ਚੱਲੀ ਸਿੱਖੀ ਦੇ ਨਾਂ 'ਤੇ ਤੁਹਾਨੂੰ ਪਤਾ ਕਿ ਬਹੁਤੀ ਦੇਰ ਉਹ ਸਸਟੇਨ ਨਹੀਂ ਹੋਈ ਲੋਕਾਂ ਨੇ ਉਸ ਨੂੰ ਬਹੁਤੀ ਦੇਰ ਤੱਕ ਸਾਥ ਨਹੀਂ ਦਿੱਤਾ ਇਸ ਤਰ੍ਹਾਂ ਹੀ ਹੋਰ ਜਗ੍ਹਾ ਵੀ ਹੋਈਆਂ ਮਿਜ਼ੋ ਹੋਇਆ ਮਿਜ਼ੋ ਦੇ ਵਿੱਚ ਲਾਲ ਡਿੰਗਾ ਨੂੰ ਮੁੜ ਕੇ ਉਹਨਾਂ ਨੇ ਸਮਝੌਤਾ ਕੀਤਾ ਇਸੇ ਤਰੀਕੇ ਨਾਲ ਆਈਜ਼ੈਕ ਮੂਈਵਾ ਨਾਗਾਲੈਂਡ ਦੇ ਜਿਹੜੇ ਹੈਗੇ ਆ ਉਹਨਾਂ ਨੇ ਉਹ ਲਗਾਤਾਰ ਲੱਗੇ ਹੋਏ ਆ ਉਹਨਾਂ ਨੇ ਵੀ ਅਲਟੀਮੇਟਲੀ ਉਹ ਹੁਣ ਮਤਲਬ ਰਹੇ ਵਿੱਚ ਬਾਹਰ ਨਹੀਂ ਗਏ ਘੱਟੋ ਘੱਟ ਪਰ ਜਿਹੜੀ ਅੱਜ ਚੱਲ ਪਈ ਆ ਮੈਂ ਕਿਉਂ ਇੰਨਾ ਲੰਮੀ ਥੋੜ੍ਹੀ ਜਿਹੀ ਸਟੋਰੀ ਕਰ ਰਿਹਾ ਇੱਕ ਬਿਲਕੁਲ ਹੀ ਉਸ ਪਾਸੇ ਨੂੰ ਪੁੱਠੇ ਪਾਸੇ ਫਿਰਕੀ ਚੜ੍ਹਾਤੀ ਆ ਇਤਿਹਾਸ ਨੂੰ ਜਿਹੜਾ ਅੱਗੇ ਚੰਗੇ ਭਲੇ ਗਾਂਹ ਨੂੰ ਅੱਗੇ ਦੇਖਣ ਵਾਲਾ ਸੀਗਾ ਉਸ ਨੂੰ ਪਿੱਛੇ ਦੇਖਣ ਵਾਲਾ ਬਣਾ ਤਾ ਉਸੇ ਤਰ੍ਹਾਂ ਹੀ ਸਿਲੇਬਸ ਬਦਲੇ ਜਾ ਰਹੇ ਆ ਉਸੇ ਤਰ੍ਹਾਂ ਜਾ ਰਿਹਾ ਸਵਾਲ ਇਸ ਗੱਲ ਦਾ ਹੈ ਕਿ ਮੁਸਲਮਾਨਾਂ ਨੂੰ ਹਵਾ ਬਣਾ ਕੇ ਕਿਉਂ ਪੇਸ਼ ਕੀਤਾ ਜਾ ਰਿਹਾ ਬਸ ਉਸੇ ਦਾ ਮੈਂ ਇੰਨੀ ਗੱਲ ਹੀ ਕਹਿਣ ਲੱਗਾ ਸੀ ਲਾਸਟ ਮੇਰੀ ਸੋਰੀ ਥੋੜ੍ਹਾ ਲੰਬਾ ਟਾਈਮ ਲੈ ਲਿਆ ਇਸ ਗੱਲ ਦਾ ਮੇਰਾ ਕੰਕਲੂਡਿੰਗ ਪੁਆਇੰਟ ਇਹ ਹੈ ਕਿ ਅਸੀਂ ਬਚੇ ਤਾਂ ਸੀ ਕਿ ਕਿਉਂ ਅਸੀਂ ਇਸ ਧਰਮਾਂ ਨੂੰ ਛੇੜਿਆ ਨਹੀਂ ਅੱਜ ਦੀ ਡੇਟ ਦੇ ਵਿੱਚ ਜਦੋਂ ਇਹ ਬਿੱਲ ਪਾਸ ਹੋ ਗਿਆ ਅਤੇ ਜਦੋਂ ਆਈਸੋਲੇਸ਼ਨ ਕਰਤੀ ਆ ਇਸਲਾਮ ਦੀ ਮੁਸਲਮਾਨਾਂ ਦੀ ਔਰ ਬਾਕੀ ਧਰਮਾਂ ਦਾ ਵੀ ਇਸ ਤਰ੍ਹਾਂ ਹੀ ਹੁੰਦਾ ਆ ਫਲਾਨਾ ਧਰਮ ਇਹ ਧਰਮ ਉਹ ਚੱਲਦਾ ਆ
ਬਾਕੀ ਦਿਆਂ ਨੂੰ ਵੀ ਅਸੀਂ ਛੇ ਧਰਮਾਂ ਦੇ ਨਾਂ 'ਤੇ ਕਿਹਾ, ਕਿਸੇ ਮਨੁੱਖਤਾ ਦੇ ਨਹੀਂ, ਇਹ ਨਹੀਂ ਕਹਿ ਸਕਦੇ, ਇੰਝ ਵੀ ਕਹਿ ਸਕਦੇ ਸੀ ਉਹ ਮੁਸਲਿਮ ਮੈਜੋਰਿਟੀ ਕੰਟਰੀ ਹੈਗੇ ਆ, ਅਸੀਂ ਉੱਥੇ ਮੁਸਲਮਾਨਾਂ ਨੂੰ ਤਾਂ ਇੱਥੇ ਨਹੀਂ ਆਉਣ ਦਿਆਂਗੇ, ਪਰ ਬਾਕੀ ਕੋਈ ਵੀ ਆ ਸਕਦਾ, ਇੰਝ ਵੀ ਕਿਹਾ ਜਾ ਸਕਦਾ ਸੀ। ਛੇ ਧਰਮਾਂ ਦਾ ਨਾਂ ਲੈਣਾ ਜ਼ਰੂਰੀ ਨਹੀਂ ਸੀ, ਕਿਉਂਕਿ ਅਸੀਂ ਡੈਜ਼ਿਗਨੇਟ ਹੀ ਧਰਮਾਂ ਦੇ ਨਾਲ। ਕੋਈ ਇੱਕ ਮਿੰਟ, ਇਹਦੀ ਪ੍ਰੋਬਲਮ ਕੀ ਹੈ ਜਿਹੜੀ ਤੁਸੀਂ ਗੱਲ ਕਹਿ ਰਹੇ ਆ ਨਾ, ਉਹਦੇ 'ਚ ਕੀ ਹੈ ਗੁਲਦਸਤਾ ਸੀ ਇਹਦੇ 'ਚ, ਆਹ ਸੀ ਉਹ ਸੀ, ਪਤਾ ਨਹੀਂ ਕਿਹੜੇ ਵੈਦ ਕਾਲ ਤੋਂ ਸ਼ੁਰੂ ਹੋਏ ਤੇ ਕਿੱਥੇ ਤੱਕ ਆਏ। ਪ੍ਰੋਫੈਸਰ ਮਨਜੀਤ ਸਿੰਘ ਹਿਸਟਰੀ ਵੀ ਚੰਗੀ ਤਰ੍ਹਾਂ ਜਾਣਦੇ ਨੇ, ਇਸ ਦੇਸ਼ ਦੇ ਉੱਤੇ ਬਹੁਤ ਬਾਹਰੀ ਹਮਲੇ ਹੋਏ, ਬਹੁਤ ਜਿਹੜੇ ਕੀ ਕਹਿੰਦੇ ਆ, ਕਦੀ ਅਫਗਾਨ ਆ ਗਏ ਲੁੱਟਣ ਵਾਸਤੇ, ਕਦੀ ਪਰਸ਼ੀਅਨ ਆ ਗਏ, ਕਦੀ ਕੋਈ ਆ ਗਿਆ, ਕਦੀ ਕੋਈ ਆ ਗਿਆ, ਅੰਗਰੇਜ਼ ਆ ਗਏ, ਸੋ ਇੱਥੇ ਬੜਾ ਕੁਛ ਚੱਲਦਾ ਰਿਹਾ। ਆਰੀਅਨਸ ਆ ਗਏ, ਆਰੀਅਨਸ ਤਾਂ ਬਹੁਤ ਪਹਿਲਾਂ ਆਏ ਸੀਗੇ, ਆਰੀਅਨਸ ਦਾ ਜਿਹੜਾ ਇੱਥੇ ਸੈਟਲ ਹੋਏ ਨੇ, ਉਹਨਾਂ ਨੇ ਉਹਨਾਂ ਦੀ ਤਾਂ ਸੱਭਿਅਤਾ ਸਿੰਧੂ ਘਾਟੀ ਦੀ ਸੱਭਿਅਤਾ ਤੁਸੀਂ ਪੜ੍ਹੀ ਹੋਣੀ ਆ, ਇਟਸ ਵੈਰੀ ਲੌਂਗ ਬੈਕ। ਮੈਂ ਗੱਲ ਅੱਜ ਦੀ ਕਰਨ ਲੱਗਿਆ ਜਿਹੜੀ ਅੱਜ ਦੇ ਸੰਦਰਭ ਦੇ ਵਿੱਚ ਹੈ, ਇੱਕ ਖਾਮਖਾ ਇੱਧਰ ਉੱਧਰ ਉਲਝਾਉਣ ਦੀ ਲੋੜ ਨਹੀਂ। ਕੀ ਕੀਤਾ ਅੱਜ ਸਰਕਾਰ ਨੇ ਜਿਹੜਾ ਇੰਨਾ ਹੰਗਾਮਾ ਆਪਾਂ ਬੈਠ ਕੇ ਕਰਦੇ ਪਏ ਹਾਂ? ਉਹਨਾਂ ਨੇ ਕਿਹਾ ਕਿ ਧਰਮ ਦੇ ਆਧਾਰ ਦੇ ਉੱਤੇ ਕਰਤਾ ਜੀ, ਪਹਿਲਾਂ 1900 ਆਪਣਾ ਪਹਿਲਾਂ ਜਿਹੜਾ ਸੀ ਉਹ ਸੈਕੂਲਰ ਸੀ, ਹੁਣ ਧਰਮ ਦੇ ਆਧਾਰ 'ਤੇ ਹੋ ਗਿਆ, ਅੱਜ ਧਾਰਮਿਕ ਦੇਸ਼ ਹੋ ਗਿਆ। ਸ਼੍ਰੀਮਾਨ ਜੀ, ਦੇਸ਼ ਦਾ ਬਟਵਾਰਾ 1947 ਦੇ ਵਿੱਚ ਧਰਮ ਦੇ ਆਧਾਰ 'ਤੇ ਕੀਤਾ ਗਿਆ ਸੀ, ਉਸ ਵਕਤ ਦੇ ਲੀਡਰਸ ਨੇ, ਇਸ ਗੱਲ ਨੂੰ ਕਿਉਂ ਭੁੱਲਦੇ ਹੋ ਕਿ ਮੁਸਲਮਾਨਾਂ ਨੇ ਇਹ ਆਵਾਜ਼ ਚੱਕੀ ਕਿ ਮੁਸਲਿਮ ਲੀਗ ਨੇ ਕਿਹਾ ਕਿ ਜਿਨ੍ਹਾਂ ਨੇ ਕਿਹਾ ਕਿ ਆਪਣਾ ਮੁਸਲਿਮ ਧਰਮ ਦਾ ਸਾਨੂੰ ਇੱਕ ਵੱਖਰਾ ਦੇਸ਼ ਚਾਹੀਦਾ, ਤਾਂ ਦੇਸ਼ ਦਾ ਬਟਵਾਰਾ ਬਣਾ ਕੇ ਇਹਨਾਂ ਦੋ ਹਿੱਸੇ ਕਰਤੇ। ਨਹਿਰੂ ਨੂੰ ਚਾਹੀਦੀ ਸੀ ਕੁਰਸੀ, ਉੱਧਰੋਂ ਜਿਨ੍ਹਾਂ ਨੂੰ ਕੁਰਸੀ ਚਾਹੀਦੀ ਸੀਗੀ, ਕੋਈ ਇਹਨਾਂ ਦਾ ਫਾਰਮੂਲਾ ਨਹੀਂ ਸੀ ਬਣ ਰਿਹਾ, ਇਹਨਾਂ ਨੇ ਫਾਰਮੂਲਾ ਇਹ ਬਣਾ ਤਾ ਕਿ ਚਲੋ ਦੋ ਟੁਕੜੇ ਕਰ ਦਿਓ, ਜਿਵੇਂ ਔਰ ਇਹ ਚੀਜ਼ ਉਦੋਂ ਵੀ ਹੋਈ ਸੀ ਜਦੋਂ ਕੌਰਵ ਪਾਂਡਵਾਂ ਦਾ ਰਾਜ ਸੀ। ਤੁਸੀਂ ਇਹ 1947 ਦੇ ਵਿੱਚ ਡਿਵਾਈਡ ਹੋ ਗਿਆ, ਮੁਸਲਿਮ ਕੰਟਰੀ ਬਣ ਗਿਆ, ਸਾਡਾ ਫਿਰ ਸੈਕੂਲਰ ਕੰਟਰੀ, ਸਾਡਾ ਸਾਰਾ ਕੁਛ ਉਸੇ ਤਰ੍ਹਾਂ ਚੱਲ। ਨਹੀਂ, ਗਲਤੀ ਕੀਤੀ ਤਾਂ ਤੁਸੀਂ ਹੁਣ ਇਹ ਆਪਣੇ ਕੋਲੋਂ ਲਾ ਸਕਦੇ ਹੋ ਹਿਸਾਬ, ਲੇਕਿਨ ਇੱਕ ਪਾਸੇ ਆ ਗਿਆ। ਹਿੰਦੁਸਤਾਨ ਨੇ ਕਦੀ ਵੀ ਨਹੀਂ ਕਿਹਾ ਕਿ ਅਸੀਂ ਇਹਦੇ 'ਚ ਕਿਸੇ ਨੂੰ ਬਰਦਾਸ਼ਤ ਨਹੀਂ ਕਰਨਾ। ਮੁਸਲਮਾਨ ਵੀ ਰਹਿ ਰਹੇ ਸੀ, ਸਿੱਖ ਵੀ ਰਹਿ ਰਹੇ ਆ, ਈਸਾਈ ਵੀ ਰਹਿ ਰਹੇ ਆ, ਬੋਧੀ ਵੀ ਰਹਿ ਰਹੇ ਆ, ਸਾਰਾ ਕੁਛ ਰਹਿ ਰਿਹਾ। ਹੁਣ ਪ੍ਰੋਬਲਮ ਕੀ ਆਈ ਹੈ ਕਿ ਜਿਹੜੇ ਆਲੇ ਦੁਆਲੇ ਦੇ ਸਾਡੇ ਦੇਸ਼ ਨੇ, ਜਿਹਦੇ 'ਚੋਂ ਪਾਕਿਸਤਾਨ ਤੋਂ ਹੀ ਅੱਡ ਹੋ ਕੇ ਬੰਗਲਾਦੇਸ਼ 1971 'ਚ ਬਣਦਾ, ਔਰ ਕਦੇ ਨਾ ਕਦੇ ਅਫਗਾਨਿਸਤਾਨ ਵੀ ਸਾਡਾ ਜਿਹੜਾ ਪਾਰਟ ਰਹਿ ਚੁੱਕਿਆ, ਉਹਦਾ ਬਹੁਤ ਸਾਰਾ ਹਿੱਸਾ ਅਫਗਾਨਿਸਤਾਨ ਦਾ, ਉੱਥੇ ਵੀ ਸਾਡੇ ਹਿੰਦੂ ਭਰਾ ਸਿੱਖ ਭਰਾ ਉੱਥੇ ਰਹਿੰਦੇ ਨੇ। ਉਹਨਾਂ ਦੇ ਦੇਸ਼ਾਂ ਦੇ ਵਿੱਚ ਕਿਉਂਕਿ ਇਸਲਾਮਿਕ ਹੋਣ ਦੇ ਕਾਰਨ ਉਹਨਾਂ ਦੇ ਉੱਤੇ ਅੱਤਿਆਚਾਰ ਹੁੰਦਾ। ਮਿਨੋਰਟੀ ਜਿਹੜੀ ਆਜ਼ਾਦੀ ਦੇ ਟਾਈਮ 'ਤੇ 23% ਸੀਗੀ, ਘੱਟ ਕੇ ਅੱਜ 7% ਕੁਛ ਰਹਿ ਗਈ ਹੈ ਬੰਗਲਾਦੇਸ਼ ਦੇ ਵਿੱਚ, ਔਰ ਉਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਜਿਹੜੀ ਆ ਉਹ 2% ਤੋਂ ਵੀ ਥੱਲੇ ਪਰਸੈਂਟੇਜ ਜਿਹੜੀ ਆ ਉਹ ਅੱਜ ਮਿਨੋਰਟੀਜ਼ ਦੀ ਆ ਗਈ ਉੱਥੇ। ਹੁਣ ਉੱਥੋਂ ਭੱਜ ਭੱਜ ਕੇ ਲੋਕ ਆਏ ਨੇ ਸ਼ਰਨ ਲੈਣ ਵਾਸਤੇ, ਅੱਜ ਉਹ ਕੈਂਪਾਂ ਦੇ ਵਿੱਚ ਬੈਠਿਆਂ ਨੂੰ ਕਈ ਕਈ ਸਾਲਾਂ ਤੋਂ ਕੈਂਪ ਲਾ ਕੇ ਉੱਥੇ ਬੈਠੇ ਹੋਏ ਨੇ, ਉਹਨਾਂ ਦਾ ਦੇਖਭਾਲ ਜਿਹੜਾ ਕਰ ਰਹੇ ਹਾਂ ਅਸੀਂ। ਇੱਕ ਕਾਨੂੰਨ ਬਣਾਇਆ ਗਿਆ ਕਿ ਠੀਕ ਆ, ਉਹਨਾਂ ਨੂੰ ਵੀ ਜੀਣ ਦਾ ਅਧਿਕਾਰ ਹੈ, ਜੇ ਉਹ ਆਏ ਨੇ ਉਹਨਾਂ ਨੂੰ ਆਪਣੇ ਇਸ ਕੰਟਰੀ ਦੇ ਵਿੱਚ ਆ ਕੇ ਉਹਨਾਂ ਨੂੰ ਆਪਣਾ ਰੋਟੀ ਰੋਜ਼ੀ ਕਰਨ ਦਾ, ਉਹਨਾਂ ਨੂੰ ਰਹਿਣ ਦਾ। ਨਹੀਂ 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 ਨਹੀਂ, ਉਹਦੇ 'ਚ ਕਿਹਾ ਕੀ ਗਿਆ, ਕਿਹਾ ਇਹ ਗਿਆ ਕਿ ਹਿੰਦੂ, ਸਿੱਖ, ਈਸਾਈ, ਪਾਰਸੀ, ਬੋਧੀ, ਇਹ ਜਿੰਨੇ ਵੀ ਉੱਥੇ ਮਿਨੋਰਟੀਜ਼ ਨੇ, ਉਹਨਾਂ ਨੂੰ ਜੇ ਇੱਥੇ ਆ ਕੇ ਸ਼ਰਨ ਲੈਣਾ ਚਾਹੁੰਦੇ ਤਾਂ ਉਹਨਾਂ ਨੂੰ ਇੱਕ ਅਧਿਕਾਰ ਜਿਹੜਾ ਉਹ ਸ਼ਰਨ ਦਾ ਮਿਲੇਗਾ। ਮੁਸਲਿਮ ਇਹਦੇ 'ਚ ਕਿਉਂ ਆਪਾਂ ਕਹੀਏ ਵੀ ਮੁਸਲਮਾਨਾਂ ਵਾਸਤੇ ਤਾਂ ਆਲਰੇਡੀ ਕੰਟਰੀ ਬਣੀ ਹੋਈ ਹੈ, ਉਹਨਾਂ ਨੇ ਰਹੀ ਆ ਜਦੋਂ ਧਰਮ ਦੇ ਆਧਾਰ 'ਤੇ ਹੈ। ਅਗਲਿਆਂ ਨੇ ਕਹਿ ਕੇ ਲਿਆ ਵੀ ਅਸੀਂ ਮੁਸਲਿਮ ਧਰਮ ਦਾ ਇੱਕ ਦੇਸ਼ ਬਣਾਉਣਾ, ਪਾਕਿਸਤਾਨ ਇਸਲਾਮਿਕ ਦੇਸ਼ ਹੈਗਾ ਹੋਏਗਾ, ਉਦੋਂ ਪਹਿਲਾਂ ਕਿਹਾ ਤਾਂ ਹੈਗਾ, ਅੱਜ ਆਪਾਂ ਨੂੰ ਸਾਰਿਆਂ ਨੂੰ ਪਤਾ। ਦੈਨ ਇਹ ਬਹਿਸ ਆਉਂਦੀ ਕਿੱਥੋਂ ਹੈ? ਸਿਰਫ ਕੁਛ ਕਾਂਗਰਸ ਜਾਂ ਕੁਛ ਹੋਰ ਜਿਹੜੀਆਂ ਪਾਰਟੀਆਂ ਵਿਰੋਧੀ ਨੇ, ਉਹਨਾਂ ਨੇ ਇੱਕ ਹੰਗਾਮਾ ਖੜਾ ਕਰਨਾ ਸੀਗਾ, ਉਹ ਉਹਨਾਂ ਨੇ ਕਰਤਾ। ਅੱਜ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਕੋਈ ਕਈ ਜਗ੍ਹਾ ਦੇ ਉੱਤੇ ਛੁੱਟਪੁੱਟ ਘਟਨਾਵਾਂ ਹੋਈਆਂ ਨੇ ਵਿਰੋਧ ਦੀਆਂ, ਇਹ ਸਿਰਫ ਉਹਦੀ ਕਾਂਗਰਸ ਦੀ ਔਰ ਇਹਨਾਂ ਦੀ ਓਪੋਜੀਸ਼ਨ ਦੀ ਉਹ ਇੱਕ ਜਿਹੜਾ ਤਰਲੋ ਮੱਛੀ ਹੋ ਰਹੀ ਸੀ ਵੀ ਕਿਉਂ ਕੁਛ ਨਹੀਂ ਹੋ ਰਿਹਾ ਹਿੰਦੁਸਤਾਨ ਦੇ ਵਿੱਚ, ਐਡਾ ਵੱਡਾ ਸਟੈਪ ਲਿਆ, 370 ਹਟਾਈ, ਕਸ਼ਮੀਰ ਦੇ ਵਿੱਚ ਕੁਛ ਨਹੀਂ ਹੋਇਆ, ਇਹ ਐਡੇ ਐਡੇ ਵੱਡੇ ਫੈਸਲੇ ਹੋ ਗਏ, ਹਿੰਦੁਸਤਾਨ 'ਚ ਕੁਛ ਨਹੀਂ ਹੋਇਆ, ਕੋਈ ਕਿਸੇ ਦਾ ਵਿਰੋਧ ਨਹੀਂ ਹੋਇਆ। ਉਸ ਕਰਕੇ ਜਿਹੜੀ ਤਰਲੋ ਮੱਛੀ ਅੰਦਰੋਂ ਦੀ ਇਹਨਾਂ ਦੀ ਭੜਕਾਹਟ ਸੀਗੀ ਕਿ ਦੇਸ਼ ਦੇ ਵਿੱਚ ਅਸੀਂ ਦਿਖਾਉਣਾ ਚਾਹੁੰਦੇ ਹਾਂ ਬਾਹਰਲੇ ਮੁਲਕਾਂ ਨੂੰ ਕਿ ਜੀ ਸਾਡੇ ਇੱਥੇ ਤਾਂ ਬੜੀ ਅਨਸੈਟਿਸਫੈਕਸ਼ਨ ਹੈ, ਬਹੁਤ ਜ਼ਿਆਦਾ ਪਰੇਸ਼ਾਨ ਨੇ ਲੋਕ, ਉਹ ਅੱਜ ਇਹਨਾਂ ਨੇ ਇਕੱਠੇ ਹੋ ਕੇ ਥੋੜ੍ਹੇ ਥੋੜ੍ਹੇ ਜਗ੍ਹਾ ਦੇ ਉੱਤੇ ਉਹ ਕਰਨਾ ਸ਼ੁਰੂ ਕੀਤਾ। ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਤੁਰੰਤ ਹਾਜ਼ਰ ਹੁੰਦੇ ਹਾਂ।